ਹੈਲੋ एवरीवन ਵੈਲਕਮ ਟੂ ਸ੍ਰੀ ਸ਼ੋਕ ਚ ਹੇਰ ਸਟਡੀ ਬਿਕਮਸ ਈਜ਼ਓ ਤਪਾ ਪਹੁੰਚੁਕੇ ਆ ਜੀ ਇੱਕ ਕੇਸ ਜਿਹੜੇ ਆਪਾਂ ਪਹੁੰਚੁਕੇ ਆ ਜੀ ਕੇਸ ਦੇ ਰਿਗਾਰਡਿੰਗ ਇਥੇ ਗੱਲ ਕਰਨ ਵਾਲਿਆਂ ਕਿਹੜਾ ਕੇਸ ਜੀ ਈਟੀਟੀ 2364 ਈਟੀਟੀ ਦੀ ਪੋਸਟਾਂ ਦੇ ਰਿਗਾਰਡਿੰਗ ਕੇਸ ਹੈਗਾ ਇਸ ਦੀ ਵੀਡੀਓ ਆਪਾਂ ਇੱਕ ਸੁਬਾ ਵੀ ਦੇਖੀ ਸੀਗੀ ਜਿਸ ਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਕਿ ਉਹਨਾਂ ਦੀ ਸਿਲੈਕਸ਼ਨ ਪ੍ਰੋਸੀਜਰ ਤੇ ਉਹਨਾਂ ਦੀ ਜੁਆਇਨਿੰਗ ਤੇ ਜਿਹੜੇ ਆਫਰ ਲੈਟਰਸ ਦਿੱਤੇ ਜਾਣਗੇ ਉਸ ਤੇ ਰੋਕ ਜਿਹੜੀ ਉਹ ਲਗਾਈ ਗਈ ਹੈ ਉਸ ਦਾ ਜਿਹੜਾ ਕੇਸ ਹੈਗਾ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਤੇ ਇਸ ਕੇਸ ਦੇ ਵਿੱਚ ਜੋ ਕੁਝ ਕਿਹਾ ਗਿਆ ਆਪਾਂ ਡਿਟੇਲ ਦੇ ਵਿੱਚ ਪ ਵੈਬਸਾਈਟ ਤੇ ਜਾ ਕੇ ਕੇਸ ਦੀ ਡਿਟੇਲ ਜਿਹੜੀਆਂ ਨਿਕਾਲੀਆਂ ਨੇ ਜਿਹੜਾ CW P ਨੰਬਰ ਹੈ 363 2021 ONM A ਜਿਹੜਾ ਹੈਗਾ ਇਸ ਦਾ ਨੰਬਰ ਹੈਗਾ ਜੀ ਤੁਸੀਂ ਦੇਖ ਸਕਦੇ ਹੋ ਇਸ ਦੇ ਬਾਅਦ ਇਹ ਜਿਹੜਾ ਕੇਸ ਹੈਗਾ ਦਲਜੀਤ ਕੌਰ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਐਂਡ ਆਦਰਸ ਜਿਹੜਾ ਹੈ ਕੇਸ ਲਗਾਇਆ ਗਿਆ ਤੇ ਇਹਦੇ ਵਿੱਚ ਕੀ ਕਿਹਾ ਗਿਆ ਜ ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ ਉਹਨਾਂ ਨੇ ਬੋਲਿਆ ਹੈ ਕਿ ਜਿਹੜੀ ਐਡਵਰਟਾਈਜ਼ਮੈਂਟ ਨਿਕਲੀ ਸੀਗੀ ਯਾਨੀ ਕਿ ਇਹਨਾਂ ਪੋਸਟ ਲਈ ਜਿਹੜਾ ਐਡਵਰਟਾਈਜ਼ਮੈਂਟ ਨਿਕਾਇਆ ਗਿਆ ਸੀ 6 ਮਾਰਚ 2020 ਨੂੰ ਉਸ ਦੇ ਵਿੱਚ ਇਨਵਾਈਟ ਕੀਤਾ ਗਿਆ ਸੀ ਐਪਲੀਕੇਸ਼ਨਸ ਫॉर ਫਿਲਿੰਗ ਅਪ ਆਫ ਬੈਕਲੋਗ ਆਫ 6 ਅੰਡਰ 64 ਪੋਸਟ ਆਫ ਈਟੀਟੀ ਟੀਚਰਸ ਊਡ ਰਿਵੀਲ ਥੈਟ ਇਨਕਲੋਸ 3 ਲੀ ਲੇ ਡਾਉਨ ਦਾ ਮੋਡ ਆਫ ਸਿਲੈਕਸ਼ਨ ਕਿਹੜਾ ਮੋਡ ਆਫ ਸਿਲੈਕਸ਼ਨ ਐਡਵਰਟਾਈਜ਼ਮੈਂਟ ਦੇ ਵਿੱਚ ਲਿਖਿਆ ਗਿਆ ਸੀਗਾ ਕਿ ਰਿਟਨ ਟੈਸਟ ਇੱਕ ਹੋਏਗਾ ਰਿਟਨ ਟੈਸਟ ਆਬਜੈਕਟਿਵ ਟਾਈਪ 100 ਮਾਰਕਸ ਦਾ ਟੈਸਟ ਹੋਏਗਾ and the final merit list shall be prepared on the basis of written test and after adding marks of higher qualification the advertisement de vich ye cheez likhi gayi sagi ki jehde merit list de vich number aan ge matlab jehda written test hoyega oh de vich jehde number aan ge ode oh plus higher qualification de jehde marks hon ge oh add karke final merit list taiyari banayi jayegi ਨਾਲੀਏ ਤੇ ਲਿਖਿਆ ਗਿਆ ਤਾਂ ਪੋਸਟਿੰਗ ਕੁਐਸਚਨ ਇਜ਼ ਗਵਰਨਡ ਬਾਈ ਦਾ ਪੰਜਾਬ ਸਟੇਟ ਐਲੀਮੈਂਟਰੀ এডੂਕੇਸ਼ਨ ਬਾਰਡਰ ਏਰੀਆ ਗਰੁੱਪ ਸੀ ਜੋ ਸਰਵਿਸ ਤਾਂ ਬਾਰਡਰ ਏਰੀਆ ਗਰੁੱਪ ਸੀ ਸਰਵਿਸਿਜ਼ ਰੂਲ 2018 ਦੇ ਜਿਹੜੇ ਰਾਹੀਂ ਇਹ ਕੰਡਕਟ ਕਰਵਾਏ ਜਾਂਦੇ ਆ ਗਵਰਨ ਕੀਤਾ ਜਾਂਦਾ ਹੈ ਸੋ ਐਨ ਅਮੈਂਡਮੈਂਟ ਟੂ ਦਾ ਰੂਲਸ ਵਾਸ ਕੈਰੀਡ ਆਊਟ ਵਾਈਡ ਨੋਟੀਫਿਕੇਸ਼ਨ ਡੇਟਿਡ 26 ਫਰਵਰੀ 2020 ਐਂਡ ਬਾਈ ਵਰਚੂ ਆਫ ਦ ਸੇਮ ਇਨ ਰੂਲ 6 ਆਫਟਰ ਸਬ ਰੂਲ 3 ਦ ਫੋਲੋਇੰਗ ਵਾਸ ਇਨਸਰਟਡ ਦਿੱਤੇ ਗਲ ਕੀਤੀ ਗਈ ਹੈ ਕਿ 26 ਫਰਵਰੀ 2020 ਨੂੰ ਇੱਕ ਰੂਲ ਜਿਹੜਾ ਉਹ ਜਾਰੀ ਕੀਤਾ ਗਿਆ ਸੀ ਤੇ ਉਹਦੇ ਵਿੱਚ ਕੀ ਲਿਖਿਆ ਗਿਆ ਸੀ ਉਸ ਰੂਲ ਦੇ ਵਿੱਚ ਉਹ ਆ ਚੀਜ਼ ਹੈਗੀ ਹੈ ਜੀ no person shall be appointed to the service by way of direct recruitment unless the qualifies in the competitive test as specified by the director from time to time the final selection of candidate shall be on the basis of their merit in the said written examination they shall no marks for viva voce or interview teh <laughs> gall kiti gayi hai ki nawa rule jada lagaya gaya si 26 february 2020 de vich eh lagaya gaya si ki je final jadi selection hai gi kisi bhi candidate di to space is te banai jayegi jada written examination de vich jo jinne marks je candidate ne litte hai te nal hi teh gall kiti gayi si ki hoor ਵਾਇਵਾ ਵੋਇਸ ਜਾਂ ਇੰਟਰਵਿਊ ਲਈ ਇਹ ਜਿਹੜੇ ਹੈਗੇ ਆ ਉਹ ਨਹੀਂ ਜਿਹੜੇ ਮਾਰਕਸ ਐਡ ਕੀਤੇ ਜਾਣਗੇ ਤਾਂ ਪਹਿਲਾਂ ਵੀ ਆਪਾਂ ਨੂੰ ਪਤਾ ਹੈ ਪਹਿਲਾਂ ਜਿਹੜੀ ਇੰਟਰਵਿਊ ਹੋਇਆ ਕਰਦਾ ਸੀ ਪਹਿਲਾਂ ਪੋਸਟਾਂ ਦੇ ਲਈ ਤਾਂ ਇੱਥੇ ਰੂਲ ਜਿਹੜਾ ਲਗਾਇਆ ਗਿਆ ਸੀ ਕਿ ਹੁਣ ਜਿਹੜੇ ਰਿਟਨ ਟੈਸਟ ਹੋਏਗਾ ਬਸ ਉਹਦੇ ਵਿੱਚ ਜਿਹੜੇ ਮਾਰਕਸ ਹੋਣਗੇ ਉਸ ਬੇਸਿਸ ਤੇ ਮੈਰਿਟ ਬਣਾਈ ਜਾਏਗੀ ਤੇ ਉਸੇ ਬੇਸਿਸ ਤੇ ਜਿਹੜੀ ਜੋਬ ਹੈ ਉਹ ਦਿੱਤੀ ਜਾਏਗੀ ਅੱਗੇ ਆਪਾਂ ਦੇਖਦੇ ਹਾਂ ਤੁਸੀਂ ਦੇਖ ਸਕਦੇ ਹੋ ਉਸ ਤੋਂ ਅੱਗੇ ਇਹਨਾਂ ਨੇ ਜਿਹੜਾ ਹੈ ਹੋਰ ਵੀ ਬਹੁਤ ਕੁਝ ਲਿਖਿਆ ਹੋਇਆ ਲੈਟਰ ਦੇ ਵਿੱਚ ਦ ਇਫੈਕਟ ਏਟ ਦ ਫਾਈਨਲ ਸਿਲੈਕਸ਼ਨ ਆਫ ਕੈਂਡੀਡੇਟ ਸ਼ਲ ਬੀ ਓਨ ਦ ਬ ਤੇ ਨਾ ਨੇ ਜਿਹੜਾ ਅਗਲੀ ਜਿਹੜੀ ਇਹਦੀ ਸੁਣਵਾਈ ਹੈਗੀ ਹੈ ਜੀ ਉਹ 20 ਮਈ 2021 ਨੂੰ ਜਿਹੜੀ ਇਹਦੀ ਡੇਟ ਰੱਖੀ ਗਈ ਹੈ 20 ਮਈ 2021 ਨੂੰ ਅੱਗੇ ਇਹਦੀ ਸੁਣਵਾਈ ਜਿਹੜੀ ਹੋਏਗੀ ਤੇ ਸਾਰਾ ਲੈਟਰ ਹੈਗਾ ਲਾਸਟ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਇਸ ਦੇ ਵਿੱਚ ਕੀ ਕਿਹਾ ਗਿਆ ਕਿ ਕਾਉਂਸਲਿੰਗ ਪ੍ਰੋਸੈਸ ਜਿਹੜਾ ਹੈਗਾ ਉਹ ਕਾਉਂਟ ਨੇ ਬੋਲਿਆ ਹੈ ਕਿ ਕੰਟੀਨਿਊ ਰਹੇਗਾ ਯਾਨੀ ਕਿ ਸਕਰੂਟੀ ਵਗੈਰਾ ਸਾਰੀ ਹੋ ਸਕਦੀ ਹੈ ਬਟ ਜਿਹੜੀ ਅਪੁਆਇੰਟਮੈਂਟ ਲੈਟਰਸ ਹੈਗੀਆਂ ਸ਼ਲ ਨੋਟ ਬੀ ਇਸ਼ੂਡ ਵਿਦਆਊਟ ਦ ਲੀਵ ਆਫ ਦਿਸ ਕੋਰਟ ਤਾਂ ਤਦ ਤੱਕ ਇਹ ਕੇਸ ਚੱਲ ਰਿਹਾ ਜੀ ਇੱਥੇ ਫੈਸਲਾ ਨਹੀਂ ਆ ਜਾਂਦਾ ਤਾਂ ਤਦ ਤੱਕ ਇਹ ਦਾ ਜਿਹੜਾ ਅਪੁਆਇੰਟਮੈਂਟ ਲੈਟਰਸ ਹੈਗੀਆਂ ਉਹ ਨਹੀਂ ਦਿੱਤੇ ਜਾ ਸਕਦੇ ਇਹ ਇਸ ਦਾ ਜਿਹੜਾ ਪੂਰਾ ਫੈਸਲਾ ਹੋਇਆ ਤੇ ਹੁਣ ਆਪਾਂ ਜਿਹੜੀ ਹੈਗੇ ਇਸ ਦੇ ਵਿੱਚ ਕਿਹਾ ਗਿਆ ਕਿ ਜਿਹੜੇ ਹਾਇਰ ਕੁਆਲੀਫਿਕੇਸ਼ਨ ਜੋ ਮੇਨ ਹੈ ਕੇਸ ਹੈਗਾ ਉਹ 5 ਮਾਰਕਸ ਜਿਹੜੇ ਦਿੱਤੇ ਗਏ ਹਨ ਹਰ ਕੁਆਲੀਫਿਕੇਸ਼ਨ ਦੇ ਸਭ ਨੂੰ ਤਾਂ ਉਹਦੇ ਰਿਗਾਰਡਿੰਗ ਇਹ ਕੇਸ ਹੈਗਾ ਕਿ ਜਿੰਨ ਵੀ ਹਾਇਰ ਕੁਆਲੀਫਿਕੇਸ਼ਨ ਦੇ ਮਾਰਕਸ ਜਿਹੜੇ ਹਨ ਉਹ ਕੱਟੇ ਜਾਣ ਮੇਨ ਇਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਹਰ ਕੁਆਲੀਫਿਕੇਸ਼ਨ ਦੇ ਲੈਣੇ ਮਾਰਕਸ ਐਕਸਟਰਾ ਤੋਂ ਦਿੱਤੇ ਗਏ ਹਨ ਤਾਂ ਉੱਥੇ ਕੱਟੇ ਜਾਣ ਇੱਥੇ ਇਹਨਾਂ ਦਾ ਜਿਹੜੀ ਪਟੀਸ਼ਨਰਸ ਹੈ ਉਹਨਾਂ ਦਾ ਕਹਿਣਾ ਇਹ ਹੈ ਕਿ ਜਿਹੜੇ ਰਿਟਰਨ ਐਗਜ਼ਾਮੀਨੇਸ਼ਨ ਹੋਇਆ ਹੈਗਾ ਵੀ ਸਿਰਫ ਉਸ ਦੇ ਵਿੱਚੋਂ ਜਿਹੜੇ ਮਾਰਕਸ ਆਏ ਉਸ ਬੇਸਿਸ ਤੇ ਹੀ ਜਿਹੜੀ ਮੈਰਿਟ ਲਿਸਟ ਬੰਨੀ ਚਾਹੀਦੀ ਹੈ ਜਿਵੇਂ ਵੀ ਰੂਲਸ ਹੈਗੇ ਹਨ ਤੇ ਉਸ ਦੇ ਅਕੋਰਡਿੰਗ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਐਕਸਟਰਾ ਮਾਰਕਸ ਜਾਂ ਕਿਸੇ ਵੀ ਹੋਰ ਚੀਜ਼ ਦੇ ਜਿਹੜੇ ਮਾਰਕਸ ਵਗੈਰਾ ਨੇ ਉਹ ਨਾ ਤਾਂ ਐਡ ਕੀਤੇ ਜਾ ਸਕਦੇ ਨਾ ਹੀ ਕੋਈ ਚੀਜ਼ ਜਿਹੜੀ ਹੈ ਤੋਂ ਕੱਟੀ ਜਾ ਸਕਦੀ ਹੈ ਮਤਲਬ ਜੋ ਰੂਲਸ ਹੈਗੇ ਹਨ ਉਸ ਦੇ ਅਕੋਰਡ ਨਾਲ ਹੀ ਇਥੇ ਕਿਹਾ ਵੀ ਐਕਸਟਰਾ ਤੋਂ ਜਿਨ੍ਹਾਂ ਨੂੰ ਵੀ ਕੋਈ ਵੀ ਮਾਰਕਸ ਮਿਲੇ ਆ ਉਹ ਕੱਟੇ ਜਾਣ ਤਾਂ ਹੁਣ ਆਪਾਂ ਦੇਖਦੇ ਆ ਕਿ ਅਗਰ ਐਕਸਟਰਾ ਤੋਂ ਜਿਹੜਾ ਆਪਣਾ ਜਿਹੜਾ ਆਪਾਂ ਸਾਰਾ ਕੁਝ ਦਾ ਇਫੈਕਟ ਅਗਰ ਆਪਾਂ ਖਤਮ ਕਰ ਦਈਏ ਆਪਣੀ 8TTD ਜਿਹੜੀ ਮੈਰਿਟ ਲਿਸਟ ਆਈ ਸੀ ਉਹਦੇ ਵਿੱਚੋਂ ਆਪਾਂ ਹਾਇਰ ਕੁਆਲਿਫਿਕੇਸ਼ਨ ਦੇ ਮਾਰਕਸ ਜੋ ਐਡ ਕੀਤੇ ਗਏ ਸੀ ਜਾਂ ਐਕਸਟਰਾ ਜੋ ਕੁਝ ਵੀ ਕੀਤਾ ਗਿਆ ਸੀ ਉਹਦਾ ਸਾਰਾ ਅਗਰ ਆਪਾਂ ਖਤਮ ਕਰ ਦਈਏ ਤਾਂ ਰਿਜ਼ਲਟ ਇੱਕ ਅਪਲੋਡ ਕੀਤਾ ਗਿਆ ਸੀਗਾ ਆਪਾਂ ਨੂੰ ਪਤਾ ਹੈ ਆਫੀਸ਼ੀਅਲ ਸਾਈਟ ਤੇ ਜੋ ਸਿਰਫ ਉਹ ਰਿਜ਼ਲਟ ਸੀਗਾ ਜਿਨ੍ਹਾਂ ਨੇ ਆਪਣੇ ਮਾਰਕਸ ਲਿੱਤੇ ਹਨ ਰਿਟਨ ਐਗਜ਼ਾਮੀਨੇਸ਼ਨ ਦੇ ਵਿੱਚੋਂ ਤਾਂ ਸਿਰਫ ਉ ਤੁਸੀਂ ਦੇਖ ਸਕਦੇ ਹੋ ਆਪਣੇ ਸਾਹਮਣੇ ਜਿਹੜਾ ETT ਦਾ ਰਿਜ਼ਲਟ ਹੈ ਪਾਇਸ ਨੂੰ ਸੈੱਟ ਕਰ ਲਿਆ ਹੈ ਕਿਸ ਦੇ ਅਕੋਰਡਿੰਗ ਹਾਈਐਸਟ ਮਾਰਕਸ ਜਿਹੜੇ ਆ ਉਸ ਦੇ ਅਕੋਰਡਿੰਗ ਆਪਾਂ ਸੈੱਟ ਕਰ ਲਿਆ ਤੇ ਇਸ ਦੇ ਵਿੱਚ ਆਪਾਂ ਦੇਖਦੇ ਹਾਂ ਇਹ ਸਾਰੀ ਇਫੈਕਟਸ ਤੋਂ ਮਤਲਬ ਇਸ ਦੇ ਵਿੱਚ ਸਿਰਫ ਉਹੀ ਮਾਰਕਸ ਨੇਗੇ ਜਿਹੜੇ ਆਪਾਂ ਰਿਟਰਨ ਐਗਜ਼ਾਮੀਨੇਸ਼ਨ ਦੇ ਵਿੱਚ ਲਈ ਸੀਗੇ ਤਾਂ ਉਸ ਬੇਸਿਸ ਤੇ ਇਹ ਸਾਰੀ ਮੈਰਿਟ ਲਿਸਟ ਜਿਹੜੀ ਰਿਜ਼ਲਟ ਹੈਗੀ ਉਹ ਹੈਗੀ ਹੈ ਤੇ ਦੇਖਦੇ ਹਾਂ ਇਸ ਦੇ ਵਿੱਚ ਜਿਹੜੇ ਹੈਗੇ ਅਗਰ ਇਸ ਨੂੰ ਕਨਸੀਡਰ ਕੀਤਾ ਜਾਂਦਾ ਹੈ ਬਾਈ ਚਾਂਸ ਅਗਰ ਜਿਵੇਂ ਕੋਰਟ ਦਾ ਫੈਸਲਾ ਆਉਂਦਾ ਹੈ ਅਗਰ ਇਸ ਨੂੰ ਕਨਸੀਡਰ ਕੀਤਾ ਜਾਂਦਾ ਹੈ ਯਾਨੀ ਕਿ ਐਕਸਟਰਾ ਤੋਂ ਜੋ ਕੁ ਫਿਰ ਕਟ-ਆਫ ਜਿਹੜੀ ਉਹ ਕਿੰਨੀ ਜਾਏਗੀ ਤਾਂ ਆਪਾਂ ਨੂੰ ਪਤਾ ਹੈ 663 ਓਪਨ ਦੀ ਪੋਸਟਾਂ ਸੀ ਜਿਦੇ ਲਈ 890 ਬੱਚੇ ਟੋਟਲ ਬੁਲਾਏ ਗਏ ਸੀ ਤਾਂ ਆਪਾਂ ਦੇਖ ਲੈਣੇ 663 ਨੰਬਰ ਤੱਕ ਕਟ-ਆਫ ਕਿੰਨੀ ਹੈ ਤੇ 890 ਤੱਕ ਜਿਹੜੀ ਕਟ-ਆਫ ਹੈ ਉਹ ਕਿੰਨੀ ਬਣਦੀ ਹੈ ਤਾਂ ਆਪਾਂ ਇਸ ਦੇ ਵਿੱਚ ਦੇਖ ਸਕਦੇ ਹਾਂ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਮੈਂ ਉਸ ਟੈਬ ਨੂੰ ਜਿਹੜੀ ਸਿਲੈਕਟ ਕਰ ਲੈਣੀ ਆ ਹਾਂਜੀ ਜਿਹੜੀ ਆਹ ਟੈਬ ਹੈਗੀ 663 ਤੋਂ 71 ਜਿਹੜੇ ਹੈਗੇ ਨੰਬਰ ਇੱਥੇ 663ਵੇਂ ਨੰਬਰ ਤੇ 663 ਤੋਂ ਇਹ ਵਾਲੀ ਟੈਬ ਬਣੇਗੀ ਤਾਂ 663 ਨੰਬਰ ਤੇ ਜਿਹੜਾ ਹੈਗਾ ਇਹ ਵਾਲੀ ਟੈਬ ਬਣ ਰਹੀ ਹੈ ਇੱਥੇ ਤਾਂ ਮਤਲਬ 71 ਜਿਹੜੀ ਹੈਗੀ ਹੈ 71 ਨੰਬਰ ਤੱਕ ਜਿਹੜੀ ਕੱਟ-ਆਫ ਜਾਏਗੀ ਪਹਿਲੇ 663 ਬੱਚੇ ਜਿਹੜੇ ਆ 71 ਨੰਬਰ ਉਹਨਾਂ ਦੇ ਕੱਟ-ਆਫ ਹੈ ਲੇਕਿਨ ਆਪਾਂ ਨੂੰ ਪਤਾ ਹੈ ਕਿ ਬਿਲਕੁਲ 663 ਹੀ ਕੈਂਡੀਡੇਟਸ ਨਹੀਂ ਬੁਲਾਏ ਜਾਂਦੇ ਉਸ ਤੋਂ ਐਕਸਟਰਾ ਕੈਂਡੀਡੇਟਸ ਜਿਹੜੇ ਬੁਲਾਏ ਜਾਂਦੇ ਆ ਤਾਂ ਇਸ ਵਾਰ 890 ਕੈਂਡੀਡੇਟਸ ਬੁਲਾਏ ਗਏ ਸੀ ਤਾਂ ਆਪਾਂ 890 ਤੇ ਦੇਖ ਲੈਣਾ ਕਿੰਨੇ ਜਿਹੜੇ ਮਾਰਕਸ ਦੀ ਕੱਟ-ਆਫ ਬੰਦੀ ਹੈ ਜੀ ਤਾਂ ਤੁਸੀਂ ਦੇਖ ਸਕਦੇ ਹੋ 890 ਤੇ ਅਗਰ ਆਪਾਂ ਦੇਖੀਏ 790 ਤੇ ਜਿਹੜੇ ਹੈਗੇ 69 ਨੰਬਰ ਜਿਹੜੇ ਬਣ ਰਿਹਾ ਕਟ-ਆਫ ਜਿਹੜੀ ਹੈ ਉਹ 69 ਨੰਬਰ ਦੀ ਬਣ ਰਹੀ ਹੈ ਤਾਂ ਮੈਨੂੰ ਲੱਗਦਾ ਕਿ ਜੇ ਅਗਰ ਇਹ ਵਾਲਾ ਰਿਜ਼ਲਟ ਜਿਹੜਾ ਹੈਗਾ ਉਸ ਨੂੰ ਕਨਸਿਡਰ ਕੀਤਾ ਗਿਆ ਬਾਕੀ ਹੋਰ ਜਿੰਨੇ ਵੀ ਇਫੈਕਟ ਇਸ 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 ਰਿਜ਼ਲਟ ਤੋਂ ਬਾਅਦ ਕੀਤੇ ਗਏ ਚਾਹੇ ਉਹ ਮਾਰਕਸ ਐਡ ਕੀਤੇ ਗਏ ਕਿਸੇ ਵੀ ਚੀਜ਼ ਦੇ ਮਾਰਕਸ ਐਡ ਕੀਤੇ ਗਏ ਅਗਰ ਫਿਰ ਗਵਰਨਮੈਂਟ ਇਸ ਰੂਲ ਦੇ ਇਸ ਕੋਰਟ ਕੇਸ ਦੇ ਵਿੱਚ ਜਿਵੇਂ ਵੀ ਫੈਸਲਾ ਆਉਂਦਾ ਤੇ ਉਹ ਇਫੈਕਟ ਖਤਮ ਕੀਤੇ ਜਾਂਦੇ ਆ ਤਾਂ ਫਿਰ ਜਿਹੜੀ ਜਰਨਲ ਯਾਨੀ ਕਿ ਓਪਨ ਡੇਟਿੰਗ ਮੈਰਿਟ ਹੈਗੀ ਆ ਉਹ 74 ਸਭ ਤੋਂ ਪਹਿਲਾਂ ਆਈ ਸੀਗੀ ਉਸ ਤੋਂ ਬਾਅਦ ਫਿਰ ਡਾਊਨ ਹੋ ਗਈ ਸੀ 72 ਤੱਕ ਤਾਂ ਹੁਣ ਜਿਹੜੀ ਫਿਰ ਦੁਬਾਰਾ ਤੋਂ ਅਗਰ ਲਿਸਟਾਂ ਆਉਣਗੀਆਂ ਤਾਂ ਫਿਰ ਕੱਟ-ਆਫ ਅਗਰ ਜਿਹੜੇ ਸਾਰੇ ਇਫੈਕਟ ਖਤਮ ਕੀਤੇ ਜਾਂਦੇ ਆ ਬਾਕੀ ਦੇਖੋ ਕੋਰਟ ਦਾ ਕੀ ਫੈਸਲਾ ਹੁੰਦਾ ਹੈ ਪੰਜ ਨੰਬਰ ਸਾਰਿਆਂ ਦੇ ਕੱਟੇ ਜਾਂਦੇ ਆ ਜਾਂ ਸਿਰਫ ਬੀ ਐਡ ਵਾਲਿਆਂ ਦੇ ਕੱਟੇ ਜਾਂਦੇ ਆ ਅਗਰ ਸਾਰੇ ਇਫੈਕਟ ਖਤਮ ਕੀਤੇ ਜਾਂਦੇ ਆ ਤਾਂ ਕੀ ਐਜੂਕੇਸ਼ਨ ਪ੍ਰੋਵਾਈਡਰਸ ਦੇ 10 ਨੰਬਰ ਵੀ ਖਤਮ ਕੀਤੇ ਜਾਂਦੇ ਆ ਤਾਂ ਉਹ ਸਾਰੀ ਚੀਜ਼ਾਂ ਹੁਣ ਕੇਸ ਦੇ ਜਿਹੜਾ ਫੈਸਲਾ ਉਸਤੇ ਡਿਪੈਂਡ ਕਰਦੀਆਂ ਨੇ ਤਾਂ ਦੇਖੋ ਕੀ ਕੁਝ ਹੈ ਅਗਰ ਸਾਰੇ ਇਫੈਕਟ ਖਤਮ ਕੀਤੇ ਜਾਂਦੇ ਆ ਤਾਂ ਫਿਰ ਓਪਨ ਜਿਹੜੀ ਉਹ ਹੈ ਗਿਆ ਉਹ 69 ਤੱਕ ਜਾਏਗੀ ਹਾਂਜੀ ਇਸੇ ਤਰ੍ਹਾਂ ਅਗਰ ਆਪਾਂ ਓਪਨ ਤੋਂ ਬਾਅਦ ਐਸਸੀ ਦੀ ਗੱਲ ਕਰ ਲਈਏ ਐਸਸੀ ਆਰਐਨ 2 ਤਾਂ ਐਸਸੀ ਆਰਐਨ 2 ਦੀ 406 467 ਜਿਹੜੀਆਂ ਟੋਟਲ ਪੋਸਟਾਂ ਸੀਗੀਆਂ ਤਾਂ ਅਗਰ ਆਪਾਂ 467 ਤੇ ਦੇਖੀਏ ਜਿਹੜਾ ਰਿਜ਼ਲਟ ਪਹਿਲਾਂ ਆਇਆ ਸੀ ਉਸ ਦੇ ਅਕੋਰਡਿੰਗ ਤਾਂ 467 ਤੇ ਅਗਰ ਜਿਹੜੇ ਨੰਬਰ ਬੰਦੇ ਆ ਕੈਂਡੀਡੇਟ ਦੇ ਤਾਂ ਉਹ ਬੰਦੇ ਆ 60 ਅਗਰ ਆਪਾਂ ਐਸਸੀ ਆਰ ਐਂਡ ਓ ਦੀ ਗੱਲ ਕਰ ਲਈਏ ਐਸਸੀ ਆਰ ਐਂਡ ਓ ਉਹਦੇ ਵਿੱਚ ਅਗਰ ਆਪਾਂ 467 ਨੰਬਰ ਤੇ ਦੇਖੀਏ ਤਾਂ ਨੰਬਰ ਕਿੰਨੇ ਬੰਦੇ ਆ ਜੀ 60 ਨੰਬਰ ਦੀ ਕਟ ਆਫ ਬੰਦੀ ਹੈ ਲੇਕਿਨ ਆਪਾਂ ਨੂੰ ਪਤਾ ਹੈ ਐਸਸੀ ਆਰ ਐਂਡ ਓ ਲਈ ਜਿਹੜੇ ਕੈਂਡੀਡੇਟਸ ਬੁਲਾਏ ਗਏ ਸੀ ਉਹ 584 ਕੈਂਡੀਡੇਟਸ ਨੇ ਜਿਹੜੇ ਉਹ ਬੁਲਾਏ ਗਏ ਸੀਗੇ ਅਗਰ ਆਪਾਂ ਉੱਥੇ ਦੇਖੀਏ ਤਾਂ ਫਿਰ ਮੈਰਿਟ ਜਿਹੜੀ 59 ਤੱਕ ਡਾਊਨ ਜਾਂਦੀ ਹੈ ਇਸ ਤੋਂ ਬਾਅਦ ਅਗਰ ਆਪਾਂ ਐਸਸੀ ਐਮ ਐਨ ਬੀ ਦੀ ਗੱਲ ਕਰ ਲਈਏ ਐਸਸੀ ਐਮ ਐਨ ਬੀ ਤੇ ਐਸ ਸੀ ਐਮ ਐਨ ਬੀ ਚ ਆਪਾਂ ਨੂੰ ਪਤਾ 468 ਜਿਹੜੀਆਂ ਟੋਟਲ ਪੋਸਟਾਂ ਨੇ ਅਗਰ ਆਪਾਂ 468 ਨੰਬਰ ਤੇ ਜਾ ਕੇ ਦੇਖੀਏ ਤਾਂ 51 ਨੰਬਰ ਜਿਹੜੇ ਆ ਉਹਦੀ ਕੱਟਆਫ ਬੰਦੀ ਹੈ ਔਰ ਆਪਾਂ ਨੂੰ ਪਤਾ ਹੈ ਦਿੱਲੀ ਜਿਹੜੇ ਕੈਂਡੀਡੇਟਸ ਬੁਲਾਏ ਗਏ ਸੀ ਉਹ 585 ਜਿਹੜੀਆਂ ਕੈਂਡੀਡੇਟਸ ਬੁਲਾਏ ਗਏ ਸੀਗੇ ਤਾਂ ਉਹਦੇ ਅਗਰ ਆਪਾਂ ਦੇਖੀਏ ਤਾਂ 49 ਨੰਬਰ ਰਹਿ ਗਏ ਜਿਹੜੇ ਉਹ ਇਸ ਦੀ ਕੱਟਆਫ ਬੰਦੀ ਹੈ ਮੈਂ ਫਿਰ ਤੋਂ ਦੱਸ ਦਵਾਂ ਇਹ ਉਹ ਆਪਾਂ ਜਿਹੜੇ ਦੇਖ ਰਹੇ ਇੱਥੇ 468 ਜਾਂ 585 ਉਸ ਦੇ ਅਕੋਰਡਿੰਗ ਦੇਖ ਰਹੇ ਹਾਂ ਜਿਹੜੀ ਪਹਿਲੀ ਮੈਰਿਟ ਲਿਸਟ ਆਈ ਸੀਗੀ ਔਰ ਅਗਰ ਇਸ ਕੋਰਟ ਕੇਸ ਦੇ ਵਿੱਚ ਸਾਰੇ ਇ ਜਾंदे ਕਿ ਸਿਰਫ ਉਹੀ ਕਨਸੀਡਰ ਕੀਤੇ ਜਾਣਗੇ ਜਿਹੜੇ ਰਿਟਨ ਟੈਸਟ ਲਏ ਗਏ ਸੀ ਤਾਂ ਉਸ ਬੇਸਿਸ ਤੇ ਆਪਾਂ ਦੇਖ ਰਹੇ ਹਾਂ ਵੀ ਫਿਰ ਕਿੰਨੀ ਜੜੀ ਕੱਟ-ਆਫ ਡਾਊਨ ਜਾਣ ਦੀ ਚਾਂਸਿਸ ਹੈ ਬਾਕੀ ਜਿਹੜੀ ਆਫੀਸ਼ਲ ਨਿਊਜ਼ ਆਏਗੀ ਉਹ ਤਾਂ ਕੋਰਟ ਕੇਸ ਦੇ ਫੈਸਲੇ ਤੇ ਹੀ ਆਏਗੀ ਜਾਂ ਜਿਵੇਂ ਵੀ ਫਿਰ ਬੋਰਡ ਜਿਹੜੀ ਹੈ ਉਹ ਨੋਟਿਸ ਜਾਰੀ ਕਰਦੀ ਹੈ ਇਸ ਤੋਂ ਬਾਅਦ ਆਪਾਂ ਦੇਖ ਲੈਨੇ ਆਂ ਅਗਰ ਆਪਾਂ ਗੱਲ ਕਰ ਲਈਏ ਜਰਨਲ ਇਸਐਮ ਦੀ ਜਰਨਲ IESM ਦੀ ਅਗਰ ਆਪਾਂ ਗੱਲ ਕਰ ਲਈਏ ਤਾਂ ਜਨਰਲ IESM ਜਿਹੜੇ ਟੋਟਲ ਪੋਸਟ ਹੈਗੇ ਨੇ ਤਾਂ ਉਹ ਸੀਗੇ 119 ਔਰ 119 ਨੰਬਰ ਤੇ ਅਗਰ ਆਪਾਂ ਦੇਖੀਏ ਕੱਟ-ਆਫ ਜਿਹੜੀ ਜਾਂਦੀ ਹੈ 48 ਨੰਬਰ ਦੀ ਜਾਂਦੀ ਹੈ ਔਰ ਇਸ ਦੇ ਲਈ ਜਿਹੜੇ ਕੈਂਡੀਡੇਟਸ ਕਾਲ ਕਿਤੇ ਗਏ ਸੀਗੇ ਤਾਂ ਉੱਥੇ ਜਿਹੜੀ ਇਹਨਾਂ ਦੀ ਮੈਰਿਟ ਜਾਂਦੀ ਹੈ 34 ਜਿਹੜੀ ਹੈਗੀ ਇੱਥੇ ਨੰਬਰ ਦੀ ਜਿਹੜੀ ਮੈਰਿਟ ਇੱਥੇ ਜਾਂਦੀ ਹੈ ਆਦ ਅਗਰ ਆਪਾਂ BC ਦੀ ਗੱਲ ਕਰ ਲਈਏ ਤਾਂ BC ਦੇ ਟੋਟਲ ਪੋਸਟ 170 ਸੀਗੀਆਂ ਔਰ 170 ਨੰਬਰ ਤੇ ਅਗਰ ਆਪਾਂ ਦੇਖੀਏ ਤਾਂ ਕਿੰਨੇ ਨੰਬਰ ਰਿਜ਼ਲਟ ਦੇ ਵਿੱਚੋਂ ਜਿਹੜੀ ਕੱਟ-ਆਫ ਬੰਦੀ ਹੈ ਤਾਂ 66 ਨੰਬਰ ਤੇ ਜਿਹੜੀ ਇਹਦੀ ਕੱਟ-ਆਫ ਬੰਦੀ ਹੈ ਉਹ ਲਈ ਜਿਹੜੇ ਕੈਂਡੀਡੇਟਸ ਕੋਲ ਕੀਤੇ ਗਏ ਸੀ ਉਹ 213 ਕੈਂਡੀਡੇਟਸ ਕੋਲ ਕੀਤੇ ਗਏ ਸੀ ਤਾਂ 213 ਤੇ ਅਗਰ ਆਪਾਂ ਨੰਬਰ ਦੇਖੀਏ ਤਾਂ 65 ਨੰਬਰ ਦੀ ਜਿਹੜੀ ਇੱਥੇ ਕੱਟ-ਆਫ ਜਿਹੜੀ ਉਹ ਬੰਦੀ ਹੈ ਤਾਂ ਅਗਰ ਆਪਾਂ ਗੱਲ ਕਰ ਲਈਏ EWS ਦੀ EWS ਦੀ ਗੱਲ ਕਰ ਲਈਏ ਤਾਂ ਟੋਟਲ ਪੋਸਟਾਂ ਜਿਹੜੀਆਂ ਨੇ EWS ਦੀਆਂ ਸੀਗੀਆਂ 170 ਤਾਂ 170 ਦੇ ਅਪਾ ਦੇਖੀਏ ਤਾਂ 64 ਨੰਬਰ ਦੀ ਜਿਹੜੇ ਕਟ-ਆਫ ਜਿਹੜੀ ਬਣਦੀ ਹੈ ਔਰ ਇਸ ਦੇ ਲਈ ਜਿਹੜੇ ਕੈਂਡੀਡੇਟਸ 콜 ਕੀਤੇ ਗਏ ਸੀ ਤਾਂ 213 ਕੈਂਡੀਡੇਟਸ ਇੱਥੇ 콜 ਕੀਤੇ ਗਏ ਸੀ ਤੇ 213 ਤੇ ਜਿਹੜੇ ਕਟ-ਆਫ ਹੈ ਉਹ 63 ਨੰਬਰ ਦੀ ਬਣਦੀ ਹੈ ਤਾਂ ਇਸ ਤਰ੍ਹਾਂ ਜਿਹੜੀ ਕਟ-ਆਫ ਡਾਊਨ ਜਾਏਗੀ ਅਗਰ ਸਾਰੇ ਇਫੈਕਟਸ ਖਤਮ ਕੀਤੇ ਜਾਂਦੇ ਨੇ ਕਿ ਤੇ ਬਾਕੀ ਮੈਂ ਤੁਹਾਨੂੰ ਦੱਸਿਆ ਹੈ ਕਿ 5 ਦਸੰਬਰ ਨੂੰ ਜਿਹੜਾ ਹੈਗਾ ਉਹ ਏਅਰ ਰਿਜ਼ਲਟ ਜਿਹੜਾ ਜਾਰੀ ਕੀਤਾ ਗਿਆ ਸੀ ਤੁਸੀਂ ਜਾ ਕੇ ਉੱਥੇ ਦੇਖ ਸਕਦੇ ਹੋ ਤੇ ਆਪਣੇ ਕੈਟਾਗਰੀ ਵਾਈਜ਼ ਦੇਖ ਸਕਦੇ ਹੋ ਕਿ ਕਿੰਨੀ ਕਟ-ਆਫ ਜਿਹੜੀ ਡਾਊਨ ਜਾ ਸਕਦੀ ਹੈ ਬਾਕੀ ਡਾਊਨ ਜਾਏ ਤੇ ਇਸ ਗੱਲ ਦੀ ਤੁਹਾਨੂੰ ਇਨਫੋਰਮੇਸ਼ਨ ਜਿਹੜੀ 2364 ईटी ਦੇ ਰਿਗਾਰਡਿੰਗ ਜਿਹੜੇ ਪੋਸਟਰ ਚੱਲ ਰਹੇ ਨੇ ਕੇਸ ਲੱਗਿਆ ਹੋਇਆ ਤੇ ਉਸ ਕੇਸ ਦਾ ਫੈਸਲਾ ਜਿਹੜਾ ਉਹ ਆਏਗਾ ਵੀ ਮਹੀਨ ਨੂੰ ਫਿਲਹਾਲ ਜੁਆਇਨਿੰਗ ਜਿਹੜੀ ਉਸ ਤੇ ਆਫਰ ਲੈਟਰ ਦੇਤੇ ਜਿਹੜੀ ਰੋਕ ਲਗਾ ਦਿੱਤੀ ਹੈ ਹਾਈ ਕੋਰਟ ਨੇ ਪ੍ਰੋਸੈਸ ਚੱਲਦਾ ਰਹੇਗਾ ਲੇਕਿਨ ਆਫਰ ਲੈਟਰ ਤੇ ਰੋਕ ਲਗਾਈ ਗਈ ਹੈ ਤੇ ਇਸੇ ਕੀ ਜੀ ਇਨਫੋਰਮੇਸ਼ਨ ਤੇ ਅੱਜ ਹੈ ਜੀ 16 ਫਰਵਰੀ ਤੇ ਅੱਜ ਹੈ ਬਸੰਤ ਪੰਚਮੀ ਤੇ ਮੇਰੇ ਵੱਲੋਂ ਮੇਰੇ ਸਾਰੇ ਵਿਊਅਰਸ ਨੂੰ ਬਸੰਤ ਪੰਚਮੀ ਦੀਆਂ ਲੱਖ ਲੱਖ ਵਧਾਈਆਂ ਤੇ ਇਸ ਵੀਡੀਓ ਦੇ ਵਿੱਚ ਥੋੜੀ ਬਹੁਤ ਡਿਸਟਰਬੈਂਸ ਵੀ ਤੁਹਾਨੂੰ ਵੀ ਦੇਖਣ ਨੂੰ ਮਿਲੀ ਹੋएगी ਤੁਹਾਨੂੰ ਆਵਾਜ਼ ਆ ਰਹੀਆਂ ਹੋਣਗੀਆਂ ਤੇ ਸਾਰੀਆਂ ਬਸੰਤ ਪੰਚਮੀ ਕਰਕੇ ਹੀ ਹੈ ਤੇ ਉਮੀਦ ਹੈ ਕਿ ਇਨ ਸਾਈਡ ਡਿਸਟਰਬੈਂਸ ਤੋਂ ਬਾਅਦ ਵੀ ਜਿਹੜੀ ਮੇਰੀ ਇਨਫੋਰਮੇਸ਼ਨ ਹੈ ਮੈਥਡ ਤੱਕ ਪਹੁੰਚਾਣਾ ਚਾਹੁੰਦੀ ਸੀ ਉਹ ਜ਼ਰੂਰ ਤੁਹਾਡੇ ਤੱਕ ਪਹੁੰਚ ਗਈ ਹੋएगी ਤੇ ਪਲੀਜ਼ ਵੀਡੀਓ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਬ ਤੱਕ ਇਹ ਇੰਪੋਰਟੈਂਟ ਇਨਫੋਰਮੇਸ਼ਨ ਪਹੁੰਚ ਸਕੇ ਤੇ ਨਾਲ ਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਕਿ ਜਿਵੇਂ ਅੱਗੇ ਆਫੀਸ਼ਲ ਨੋਟੀਫਿਕੇਸ਼ਨ ਆਉਂਦੇ ਨੇ ਤੁਹਾਨੂੰ ਪਤਾ ਹੀ ਹੈ ਹੁਣ ਆਫੀਸ਼ਲ ਨੋਟਿਸ ਤੇ ਨੋਟੀਫਿਕੇਸ਼ਨ ਜਿਹੜੀਆਂ ਨੇ ਉਹ ਆਉਣ ਵਾਲੀਆਂ ਨੇ ਕਿਉਂਕਿ 2364 ETTD ਅਤੇ 3704 ਮਾਸਟਰ ਕੈਡਰ ਦੀ ਜਿਹੜੀ ਭਰਤੀ ਚੱਲ ਰਹੀ ਹੈ ਤੇ ਫਿਰ ਉਹਦੀ ਅਪਡੇਟ ਜਿਹੜੇ ਟਾਈਮ ਟੂ ਟਾਈਮ ਪਾਉਣ ਲਈ ਤੁਹਾਨੂੰ ਨੋਟੀਫਿਕੇਸ਼ਨ ਜਿਹੜੀ ਔਨ ਕਰਨੀ ਪੈਣੀ ਹੈ ਤਾਂ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਜਿਹ